ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਹੋਮਿਸਾਈਡ ਤੇ ਮਿਸਿੰਗ ਪਰਸਨ ਬਿਊਰੋ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ਇੱਕ ਜਾਂਚ ਕਰਨ ਦੇ ਵਾਸਤੇ ਦਰਅਸਲ ਸਿਟੀ ਆਫ ਬ੍ਰੈਂਪਟਨ ਦਾ ਇਹ ਮਾਮਲਾ ਹੈ ਜਦੋਂ ਬੁੱਧਵਾਰ ਨੂੰ ਜੂਨ 2 2021 ਦਾ ਦਿਨ ਸੀ ਕਿ ਰਾਤੀ 9 ਵਜੇ 1 ਮਿੰਟ ਦੇ ਕਰੀਬ ਪੁਲਿਸ ਨੂੰ ਬੁਲਾਇਆ ਗਿਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਔਰਤ ਹੈ ਜੋ ਕਿ ਰੌਸ ਰੋਡ ਦੇ ਟੈਂਪਲ ਹਿੱਲ ਰੋਡ ਦੇ ਕੋਲ ਬ੍ਰੈਮਟਨ ਦੇ ਵਿੱਚ ਮੌਜੂਦ ਹੈ ਤੇ ਉਹ ਬੇਹੋਸ਼ ਪਈ ਹੈ ਜਦੋਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉਸ ਔਰਤ ਦੀ ਹਾਲਤ ਕਾਫੀ ਗੰਭੀਰ ਸੀ ਉਸ ਤੋਂ ਬਾਅਦ ਉਸ ਨੂੰ ਸਿਹਤ ਅਧਿਕਾਰੀਆਂ ਦੇ ਵੱਲੋਂ ਮਦਦ ਵੀ ਦਿੱਤੀ ਗਈ ਪਰ ਉਸੇ ਸੱਟਾਂ ਗੰਭੀਰ ਲੱਗੀਆਂ ਹੋਈਆਂ ਸਨ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਉਸ ਔਰਤ ਦੀ ਪਛਾਣ ਪੁਲਿਸ ਨੇ 64 ਸਾਲਾ ਬ੍ਰੈਮਟਨ ਦੀ ਰਹਿਣ ਵਾਲੀ ਦਲਬੀਰ ਰੰਧਾਵਾ ਦੇ ਵਜੋਂ ਦੱਸੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਸ ਦੇ ਪਤੀ ਜਿਸ ਦੀ ਉਮਰ 44 ਸਾਲ ਹੀ ਹੈ ਜਰਨੈਲ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਉੱਤੇ ਸੈਕੰਡ ਡਿਗਰੀ ਮਰਡਰ ਦਾ ਚਾਰਜ ਲੱਗਿਆ ਯਾਨੀ ਕਿ ਆਪਣੀ ਪਤਨੀ ਦਲਬੀਰ ਰੰਧਾਵਾ ਦੇ ਕਤਲ ਦਾ ਮਾਮਲਾ ਉਸ ਦੇ ਉੱਤੇ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 온ਟਾਰੀਓ ਕੋਰਟ ਆਫ ਜਸਟਿਸ ਬ੍ਰੈਮਟਨ ਦੇ ਵਿੱਚ ਜੂਨ 3 ਨੂੰ ਇਸ ਦੀ ਪੇਸ਼ੀ ਵੀ ਹੋਈ ਇਸ ਮੌਕੇ ਡਿਪਟੀ ਚੀਫ ਨਿੱਕ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਦਲਬੀਰ ਰੰਧਾਵਾ ਦੇ ਜਾਣ ਦੇ ਉੱਤੇ ਉਸ ਨੂੰ ਪਿਆਰ ਕਰਨ ਵਾਲਿਆਂ ਨੂੰ ਵੱਡਾ ਘਾਟਾ ਪਿਆ ਹੈ ਤੇਹੇ ਪਾਈਚਾਰੇ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਇਸ ਬਾਰੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਦੇ ਕੋਲ ਕੋਈ ਜਾਣਕਾਰੀ ਹੋਵੇ ਕੋਈ ਡੈਸ਼ ਕੈਮ ਜਾਂ ਫਿਰ ਕੋਈ ਵੀਡੀਓ ਫੁਟੇਜ ਹੋਵੇ ਤਾਂ ਹੋਮਿਸਾਈਡ ਤੇ ਮਿਸਿੰਗ ਪਰਸਨ ਬਿਊਰੋ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 905 453 2121 ਦੇ ਉੱਤੇ ਤੇ ਅੱਗੇ ਉਸ ਦੀ ਐਕਸਟੈਂਸ਼ਨ ਹੈ 3205 ਇਸ ਦੇ ਨਾਲ ਹੀ ਜੇਕਰ ਪੀਲ क्राइम स्टॉपर्स ਦੇ ਨਾਲ ਜਾਣਕਾਰੀ ਸਾਂਝੀ ਕਰਨੀ ਆਪਣੀ ਪਛਾਣ ਨਾ ਦੱਸਦੇ ਹੋਏ ਤਾਂ 88002222 877 ਦੇ ਉੱਤੇ ਵੀ ਸੰਪਰਕ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।